ਟੂ ਟੋਲਾ ਹਾਏ ਹਾਏ ਗੋਟੂ ਟੋਲਾ ਹਾਏ ਹਾਏ ਕੈਪਟਨ ਸਰਕਾਰ ਹਾਏ ਹਾਏ ਕੈਪਟਨ ਸਰਕਾਰ ਪੰਜਾਬ ਸਰਕਾਰ ਮੁਰਦਾਬਾਦ ਦੇ ਲਗਾਏ ਜਾ ਰਹੇ ਨਾਅਰੇ ਅਤੇ ਇਕੱਠ ਕਰਕੇ ਲਗਾਇਆ ਜਾ ਰਿਹਾ ਧਰਨਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਤੋਂ ਕਿੰਨੇ ਕੁ ਅੱਕੇ ਹੋਏ ਨੇ ਅਤੇ ਕਿੰਨੇ ਕੁ ਖਫਾ ਨੇ। ਇਹ ਧਰਨਾ ਅਤੇ ਪੁਤਲਾ ਫੂਕ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਨੂੰ ਦਲਿਤ ਵਿਰੋਧੀ ਹੋਣ ਦਾ ਪ੍ਰਮਾਣ ਦਿੱਤਾ ਜਾ ਰਿਹਾ ਹੈ। ਪੰਜਾਬ ਵਿੱਚ ਲਗਾਤਾਰ ਹੋ ਰਹੇ ਦਲਿਤਾਂ 'ਤੇ ਕਾਤਲਾਨਾ ਵਾਰ ਅਤੇ ਘਨੌਰ ਦੇ MLA ਮਦਨ ਲਾਲ ਜਲਾਲਪੁਰ ਵੱਲੋਂ ਮਹਿਲਾਵਾਂ ਲਈ ਬੋਲੇ ਗਏ ਮੰਦੇ ਸ਼ਬਦਾਂ ਦੇ ਖਿਲਾਫ ਇਹ ਗੁੱਸੇ ਵਾਲਾ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੁੱਖ ਮੰਤਰੀ ਦੇ ਨਾਮ 'ਤੇ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਮਦਨ ਲਾਲ ਜਲਾਲਪੁਰ ਹੈ ਜੀ, ਹਲਕਾ ਘਨੌਰ ਦਾ MLA ਆ ਕਾਂਗਰਸ ਦਾ ਜੀ। ਕੈਪਟਨ ਅਮਰਿੰਦਰ ਸਿੰਘ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹਦਾ ਬਹੁਤ ਚਹੇਤਾ ਹੈ। ਉਹਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਤਾਂ ਜਿਹੜੀ ਤਖਤੂ ਮਾਜਰੇ ਦੇ ਵਿੱਚ ਲੜਾਈ ਹੋਈ ਸੀ ਉਹ ਜਿਹੜੀ ਲੜਾਈ ਦੇ ਵਿੱਚ ਕੁਛ ਉਹਨਾਂ ਦੀ ਆਪਸੀ ਸਹਿਮਤੀ ਹੋ ਰਹੀ ਸੀ ਵੀ ਆਪਸੀ ਸਹਿਮਤੀ ਦੇ ਵਿੱਚ ਇਹਨਾਂ ਦਾ ਸਮਝੌਤਾ ਹੋ ਜੂਗਾ, ਪਰ ਕੁਛ ਲੀਡਰਾਂ ਨੇ ਵਿੱਚ ਪੈ ਕੇ ਉਹਨਾਂ ਦਾ ਸਮਝੌਤਾ ਨਹੀਂ ਹੋਣ ਦਿੱਤਾ। ਉਹ ਲੜਾਈ ਇੰਨੀ ਵਧਾ ਦਿੱਤੀ ਗਈ ਕਿ ਉਹ ਮਾਰ ਕਟਾਈ ਹੋ ਗਈ। ਉਸ ਤੋਂ ਬਾਅਦ ਜਦੋਂ MLA ਸਾਹਿਬ ਉੱਥੇ ਉਹਨਾਂ ਦੀ ਖਬਰ ਲੈਣ ਜਾਂਦੇ ਨੇ ਉੱਥੇ ਜਾ ਕੇ ਉਹ ਔਰਤਾਂ ਦੇ ਖਿਲਾਫ਼ ਇੱਕ ਭੱਦੀ ਸ਼ਬਦਾਵਲੀ ਕਹਿੰਦੇ ਨੇ ਵੀ ਉਹਨਾਂ ਦੀਆਂ ਔਰਤਾਂ ਨੇ ਜਿਹੜੀਆਂ ਉਹਨਾਂ ਨੂੰ ਚੱਕ ਕੇ ਲਿਆਓ। ਪਿੰਡ ਖੇੜੀ ਗੁਰਨਾ ਪੈਂਦਾ ਜੀ, ਇਹਨਾਂ ਦੇ ਸਰਪੰਚ ਨੇ ਉੱਥੇ 22 ਵਿਘੇ ਜਗ੍ਹਾ ਹੈ ਜਿਹੜੀ ਆਪਣਾ ਦਲਿਤ ਭਾਈਚਾਰੇ ਨੂੰ ਅਲਾਟ ਹੋਈ ਹੋਈ ਆ, ਸ਼ੁਰੂ ਤੋਂ ਦਲਿਤ ਭਾਈਚਾਰੇ ਦੀ ਆ। ਸਰਪੰਚ ਨੇ ਵੋਟਾਂ ਦੇ ਟਾਈਮ ਇਹਨਾਂ ਨਾਲ ਵਾਅਦਾ ਕੀਤਾ, ਖੜ੍ਹੇ ਨੇ ਕਹਿੰਦੇ ਤੁਸੀਂ ਸਾਨੂੰ ਵੋਟਾਂ ਪਾ ਦਿਓ ਅਸੀਂ ਤੁਹਾਨੂੰ ਪਲਾਟ ਕੱਟ ਕੇ ਦੇ ਦਾਂਗੇ। ਜਦੋਂ ਜਿੱਤ ਗਿਆ ਇਹਨਾਂ ਦੇ ਮਾਰੀ ਲੱਤ, ਇਹਨਾਂ ਦੀ ਜ਼ਮੀਨ ਦੇ ਉੱਤੇ BDPO ਨੂੰ ਲਿਜਾ ਕੇ ਟਰੈਕਟਰ ਲਿਜਾ ਕੇ ਵੀਡੀਓ ਦੇ ਕਲਿੱਪ ਨੇ ਸਾਡੇ ਕੋਲ ਉਹਦੇ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੀ। ਨਾ ਮਦਨ ਲਾਲ ਜਲਾਲਪੁਰ 'ਤੇ ਕੋਈ ਐਕਸ਼ਨ ਲਿਆ, ਅਸੀਂ ਇੱਥੇ ਪੂਰੀ ਲੀਡਰਸ਼ਿਪ ਨੂੰ ਸੱਦ ਕੇ ਇੱਥੇ ਇਹਨਾਂ ਦਾ ਜਲੂਸ ਕੱਢਾਂਗੇ। ਕੈਪਟਨ ਦੀ ਸਿਟੀ ਦੇ ਵਿੱਚ, ਮੁੱਖ ਮੰਤਰੀ ਦੀ ਸਿਟੀ ਦੇ ਵਿੱਚ ਇਹ ਲੋਕਾਂ ਨੂੰ ਕੀ ਇਨਸਾਫ ਦੇਣਗੇ? ਉਸ ਤੋਂ ਬਾਅਦ ਇਹ ਬਜ਼ੁਰਗ ਜਿਹੜੇ ਖੜ੍ਹੇ ਨੇ ਇਹ ਆਹ ਦੇਖ ਲਓ, ਸਰਕਾਰੀ ਗੌਰਮੈਂਟ ਜਿਹੜਾ ਹੈਗਾ ਚੰਡੀਗੜ੍ਹ ਦਾ ਹਸਪਤਾਲ ਆ ਉੱਥੇ ਦੀ ਸਲਿੱਪ ਆ ਜੀ ਇਹ। ਇਹ ਮੈਂਟਲੀ ਤੌਰ 'ਤੇ ਥੋੜ੍ਹੇ ਜਿਹੇ ਠੀਕ ਨਹੀਂ ਹੈਗੇ। ਇਹਨਾਂ ਨੂੰ ਕਹਿੰਦੇ ਤੁਹਾਡੀ ਕੁੜੀ ਦਾ ਵਿਆਹ ਸੀ ਇਹਨਾਂ ਦੀ ਦਾ, ਜਲ ਹੀ ਸਾਈਨ ਕਰਾ ਲਏ। ਕਹਿੰਦੇ ਤੁਹਾਡੀ ਕੁੜੀ ਦਾ ਵਿਆਹ ਸੀ, ਤੁਹਾਨੂੰ ਪੈਸੇ ਤਾਂ ਦੇਵਾਂਗੇ, ਸਾਈਨ ਕਰੋ। ਉਹ ਸਾਈਨ ਕਰਾਏ ਬੋਲੀ ਦੇ ਉੱਤੇ, ਉਹ ਬੋਲੀ ਕਰਕੇ ਇਹਨਾਂ ਨੇ ਜਲ ਹੀ 6 ਮਹੀਨੇ ਪਹਿਲਾਂ ਕੱਲ੍ਹ ਪਰਸੋਂ ਉਹ ਜ਼ਮੀਨ ਵਾਹੁਣ ਲੱਗ ਗਏ। ਦੱਸੋ ਇਹ ਗਰੀਬ ਬੰਦੇ ਕਿੱਥੇ ਜਾਣ? ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਸੁੱਤਾ ਪਿਆ, ਉਹਦੇ MLA ਕੀ ਕਰ ਰਹੇ ਨੇ? ਬਿਲਕੁਲ ਜੀ, ਇਹਦੇ 'ਚ ਕੋਈ ਸ਼ੱਕ ਹੈ ਜੀ, ਜਦੋਂ ਦੀ ਕਾਂਗਰਸ ਦੀ ਸਰਕਾਰ ਬਣੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੇ ਵਿੱਚ, ਉਦੋਂ ਤੋਂ ਹੀ ਲਗਾਤਾਰ ਦਲਿਤਾਂ ਦੇ ਨਾਲ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਉਹਨਾਂ ਦੇ ਨਾਲ ਐਸੀਆਂ ਘਰਾਉਣੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਜੀ। ਜਿਵੇਂ ਆਹ ਚੰਗਾਲੀ ਵਾਲਾ ਪਿੰਡ ਦੇ ਵਿੱਚ ਇੱਕ ਗਰੀਬ ਦਲਿਤ ਨੂੰ ਉਹਨੂੰ ਮਾਰਿਆ ਗਿਆ, ਪਲਾਸ ਨਾਲ ਉਹਦੀਆਂ ਲੱਤਾਂ ਦਾ ਮਾਸ ਜਿਹੜਾ ਲਾਇਆ ਗਿਆ, ਤੇਲ ਪਾ ਕੇ ਉਹਦੇ ਉੱਪਰ ਅੱਗ ਲਾਈ ਗਈ, ਜਦੋਂ ਉਹਨੇ ਪਾਣੀ ਮੰਗਿਆ ਉਹਨੂੰ ਪਿਸ਼ਾਬ ਪਿਲਾਇਆ ਗਿਆ। ਔਰ ਪਿਛਲੇ ਮਹੀਨੇ ਦੀ ਗੱਲ ਹੈ ਜੀ, ਨਾਭਾ ਵਿਧਾਨ ਸਭਾ ਦੇ ਵਿੱਚ ਸੰਦਰੌਲੀ ਪਿੰਡ ਦੇ ਵਿੱਚ ਇੱਕ ਇੱਦਾਂ ਦਾ ਮਾਮਲਾ ਸਾਹਮਣੇ ਆਇਆ
ਇਹਦੇ ਵਿੱਚ ਇੱਕ ਗਰੀਬ ਜਿਹੜਾ ਕੰਬਾਈਨ 'ਤੇ ਗਿਆ ਸੀਗਾ, ਜਦੋਂ ਉਹਨੇ ਪੈਸੇ ਮੰਗੇ ਕਿ ਜੀ ਮੈਨੂੰ ਮੇਰੀ ਮਿਹਨਤਾਨਾ ਦਿਓ, ਤਾਂ ਉਹਨਾਂ ਲੋਕਾਂ ਨੇ ਕੀ ਕੀਤਾ, ਉਹਨੂੰ ਕੁੱਟਿਆ ਜੀ। ਅੱਜ ਹੀ ਮੈਂ ਸਵੇਰੇ ਖਬਰ ਦੇਖ ਰਿਹਾ ਸੀ ਮਾਨਸਾ ਦੇ ਵਿੱਚ ਇੱਕ ਨੌਜਵਾਨ ਨੂੰ ਪੈਟਰੋਲ ਪਾ ਕੇ ਉਹਨੂੰ ਸ਼ਰੇਆਮ ਸੜਕ ਦੇ ਉੱਪਰ ਅੱਗ ਲਾਈ ਗਈ ਹੈ ਜੀ। ਇਹ 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 ਜਿਹੜੀ ਸਰਕਾਰ ਹੈ ਜੀ, ਇਹ ਗਰੀਬ ਵਿਰੋਧੀ ਹੈ। ਔਰ ਕੈਪਟਨ ਅਮਰਿੰਦਰ ਸਿੰਘ ਆਪ ਤਾਂ ਛੁੱਟੀਆਂ ਮਨਾਉਣ ਗਏ ਹੋਏ ਨੇ ਜੀ ਵਿਦੇਸ਼ ਦੇ ਵਿੱਚ, ਔਰ ਪੰਜਾਬ ਬਿਲਕੁਲ ਸੁਣਨਾ ਜੀ। ਇਹਨਾਂ ਦੇ ਜਿਹੜੇ MLA ਨੇ, ਇਹਨਾਂ ਦਾ ਇੱਕ ਬੇਹੁਦਾ MLA ਜਿਹਦਾ ਨਾਮ ਮਦਨ ਲਾਲ ਜਲਾਲਪੁਰ ਹੈ ਘਨੌਰ ਵਿਧਾਨ ਸਭਾ ਤੋਂ, ਉਹਨਾਂ ਦਾ ਉਹਨਾਂ ਦੀਆਂ ਇੰਨੀਆਂ ਆਪਹੁਦਰੀਆਂ ਸਾਹਮਣੇ ਆ ਰਹੀਆਂ ਨੇ, ਇੱਕ ਔਰਤ ਪ੍ਰਤੀ ਦੀ ਭੱਦੀ ਜਿਹੜੀ ਟਿੱਪਣੀ ਕਰਨੀ ਕਿ ਜੀ ਇਹਨਾਂ ਦੀਆਂ ਜਦੋਂ ਕੋਈ ਮਸਲਾ ਹੋਇਆ ਕਿ ਜੀ ਇਹਨਾਂ ਦੀਆਂ ਔਰਤਾਂ ਨੂੰ ਘਰੋਂ ਚੱਕ ਲਿਆਓ। ਇਹ ਧਰਨਾ ਜਿਹੜੇ ਸਾਡੇ ਘਨੌਰ ਦੇ MLA ਮਦਨ ਲਾਲ ਜਲਾਲਪੁਰ ਜੀ ਹੈ, ਜਿਹੜੀ ਉਹਨਾਂ ਨੇ ਔਰਤਾਂ ਵਾਸਤੇ ਭੱਦੀ ਸ਼ਬਦਾਵਲੀ ਬੋਲੀ ਹੈ ਕਿ ਕਿਸੇ ਲੜਾਈ ਝਗੜੇ 'ਚ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਔਰਤਾਂ ਨੂੰ ਚੱਕ ਲਿਆਓ, ਇਹ ਸਾਡਾ ਉਸ ਵਾਸਤੇ ਰੋਸ ਪ੍ਰਦਰਸ਼ਨ ਹੈ ਕਿ ਸਾਡੇ ਪੰਜਾਬ ਦੇ MLA ਇੱਦਾਂ ਦੇ ਹੋ ਗਏ ਕਿ ਔਰਤਾਂ ਵਾਸਤੇ ਇਹ ਬੋਲਣਗੇ ਕਿ ਸਾਡੀਆਂ ਔਰਤਾਂ ਕਿਤੇ ਵੀ ਸੇਫ ਨਹੀਂ ਹੈ। ਆ ਸਾਡੀ ਕੈਪਟਨ ਸਾਹਿਬ ਨੂੰ ਅਪੀਲ ਹੈ ਕਿ ਜੇ ਤੁਹਾਡੇ MLA ਇੱਦਾਂ ਦੇ ਵਿਚਾਰ ਰੱਖਦੇ ਹੈ ਤਾਂ ਇਹਨਾਂ MLA ਨੂੰ ਬਰਖਾਸਤ ਕੀਤਾ ਜਾਵੇ। ਧਰਨਾਕਾਰੀਆਂ ਵੱਲੋਂ ਸਰਕਾਰੀ ਨੁਮਾਇੰਦੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਖਿਲਾਫ ਕਾਰਵਾਈ ਕਰਨ ਲਈ ਮੰਗ ਪੱਤਰ ਵੀ ਦਿੱਤਾ ਗਿਆ। ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਨਾਮ ਤੇ ਮੰਗ ਪੱਤਰ ਦਿੱਤਾ ਹੈ। ਇਹ ਮੈਂ ਮੰਗ ਪੱਤਰਾਂ ਦਾ ਵਸੂਲ ਕੀਤਾ ਹੈਗਾ ਜੋ ਕਿ ਡਿਪਟੀ ਕਮਿਸ਼ਨਰ ਮਾਣਯੋਗ ਡਿਪਟੀ ਕਮਿਸ਼ਨਰ ਦੇ ਰਾਹੀਂ ਸਰਕਾਰ ਕੋਲ ਪੁੱਜਦਾ ਕਰ ਦਿੱਤਾ ਜਾਵੇ। ਵਿਦੇਸ਼ ਦੌਰੇ ਤੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿੱਛੇ ਵਿਧਾਇਕ ਅਤੇ ਸਰਕਾਰੀ ਤੰਤਰ ਲੋਕਾਂ ਲਈ ਸਿਰਦਰਦ ਬਣੇ ਹੋਏ ਨੇ। ਹਰ ਕੋਈ ਸਰਕਾਰ ਅਤੇ ਸਰਕਾਰੀ ਤੰਤਰ ਨੂੰ ਲਾਹਨਤਾਂ ਪਾ ਰਿਹਾ, ਹਰ ਵਰਗ ਸਰਕਾਰ ਤੋਂ ਦੁਖੀ ਹੋ ਚੁੱਕਿਆ। ਇਸ ਲਈ ਕੈਪਟਨ ਅਮਰਿੰਦਰ ਨੂੰ ਪੰਜਾਬ ਆਉਂਦਿਆਂ ਹੀ ਮੁੜ ਤੋਂ ਲੋਕਾਂ ਵੱਲੋਂ ਘੇਰਨ ਦੀ ਪੂਰੀ ਤਿਆਰੀ ਖਿੱਚੀ ਹੋਈ ਹੈ। ਪਟਿਆਲਾ ਤੋਂ ਅਨੁਰਾਗ ਸ਼ਰਮਾ ਦੇ ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।